ਪਿੰਡ ਜੋੜਾ ਸਿੰਘ, ਪੁੱਤਰ ਸਰਦਾਰ ਗੁਰਪਾਲ ਸਿੰਘ। ਅਸੀਂ ਕੱਲ੍ਹ ਸ਼ਾਮ ਨੂੰ 8 ਵਜੇ ਦੀ ਟਾਈਮ ਸੀ, ਅਸੀਂ ਗਾਦਰੀਆਂ ਲੋਕ ਸ਼ਹਿਰੋਂ ਪਿੰਡ ਵਾਪਸ ਆ ਰਹੇ ਸੀ। ਕਿਹੜਾ ਪਿੰਡ ਜੀ ਤੁਹਾਡਾ? ਹਾਂਜੀ, ਮੇਰਾ ਜੋੜਾ ਸਿੰਘ ਰਿਫੰਡ ਦਾ ਜੋ ਨਕਲੀ ਜੀ, ਉਹਨਾਂ ਦੇ ਡੇਰੇ ਲਾ ਕੇ ਪਹੁੰਚ ਗਏ ਸੀ ਆਪਾਂ, ਅਤੇ ਉਸ ਤੋਂ ਬਾਅਦ ਗਾੜੀ ਟਰੈਕਟਰ ਆ ਰਿਹਾ ਸੀ, ਅਤੇ ਉਹਦੇ ਵਾਲੇ ਇੱਕ ਡਿੱਪਰ ਦਿੱਤਾ ਵੀ ਥੋੜ੍ਹੀ ਜਿਹੀ ਆਪਣੀ ਲੈਟ ਡਾਊਨ ਕਰ ਲਾ, ਨਾਲੇ ਸਾਨੂੰ ਦੇ ਜੂ, ਨਾਲੇ ਖੂਨ ਲੱਗ ਜਾਏਗਾ। ਅਤੇ ਉਹਨਾਂ ਨੇ ਕੀ ਕੀਤਾ ਵੀ ਟਰੈਕਟਰ ਬੰਦ ਕਰਤਾ ਉਹਨੇ, ਤੁਸੀਂ ਮੈਨੂੰ ਲੈਟਾਂ ਕਿਉਂ ਮਾਰਨ ਡੇ? ਅਸੀਂ ਆਖਿਆ ਵੀ ਅਸੀਂ ਤਾਂ ਯਾਰ ਤੈਨੂੰ ਲੈਟਾਂ ਨਹੀਂ ਮਾਰਨ ਡੇ, ਹੈ ਨਾ, ਅਤੇ ਤੂੰ ਜਾ, ਤੂੰ ਮਤਲਬ ਵੀ ਐਵੇਂ ਇੱਦਾਂ ਨਾ ਕਰ, ਤੂੰ ਪੀਤੀ ਆ। ਕਹਿੰਦਾ ਨਹੀਂ ਜਾਂਦਾ, ਟਰੈਕਟਰ ਬੰਦ ਕਰਤਾ ਉਹਨੇ ਉੱਥੇ। ਅਤੇ ਅਸੀਂ ਵੀ ਚੱਲ, ਅਸੀਂ ਮਤਲਬ ਬਾਰੀ ਖੋਲ੍ਹੀ, ਉਸੇ ਵੇਲੇ ਫਾਇਰ ਮਾਰਨੇ ਸ਼ੁਰੂ ਕਰਦੇ ਲਾਗਲੇ ਬੰਦੇ। ਉਹਨੇ ਮੁੰਡੇ ਨੇ ਵੀ ਕਿਹਾ ਵੀ ਚੱਲ ਉੱਤਰ ਕੇ ਹੀ ਪੈ ਜਾਣਾ ਇਹਨਾਂ ਨੇ, ਵੀ ਠੋਕੋ। ਉਹਨੇ ਉਹ ਰੱਜੇ ਸੀ ਦੋਵੇਂ, ਯਾਨੀ ਕਿ ਨਸ਼ੇ ਦੀ ਹਾਲਤ 'ਚ ਉਹਨਾਂ ਨੇ ਮਤਲਬ ਇੱਕ ਸਿੱਧੀਆਂ ਮੇਰੇ ਵੀ ਉਹਦੇ ਨਾਲ ਫਰੈਂਡ ਦੇ ਮਾਰੀਆਂ, ਉਹਦੇ ਗੱਡੀ ਦੇ ਬੋਨਟ 'ਤੇ ਵੱਜੀ ਇੱਕ, ਅਤੇ ਇੱਕ ਸਾਈਡ ਗਲਾਸ 'ਤੇ ਵੱਜੀ, ਅਤੇ ਇੱਕ ਸ਼ੀਸ਼ੇ 'ਤੇ ਵੱਜੀ। ਅਤੇ ਜਦੋਂ ਮੈਂ ਪਰਲੀ ਸਾਈਡ ਦੇ ਉੱਤਰ ਕੇ ਭੱਜ ਗਿਆ, ਮੇਰੇ ਪਿੱਛੇ ਨੇ ਗੋਲੀ ਮਾਰੀ ਅਤੇ ਮੇਰੀ ਖੋਜ ਚੱਲ ਗਈ। ਹਾਂਜੀ, ਮੇਰੇ ਗਵਾਂਢ ਪਿੰਡ ਦੇ ਭਾਈ ਦੇ ਪਿੰਡ ਦੇ ਉਹ ਬੰਦੇ, ਨਾਂ ਤਾਂ ਨਹੀਂ ਮੈਨੂੰ ਪਤਾ, ਇੱਕ ਫੌਜੀ ਹੈ ਅਤੇ ਇੱਕ ਸੈਕਟਰੀ। ਜਿਹੜੀ ਗੋਲੀ ਚੱਲੀ ਹੈ ਭਾਜੀ, ਉਹ ਬੰਦੂਕ ਦੇ ਨਾਲ ਜਾਂ ਰਿਵੋਲਵਰ ਦੇ ਨਾਲ? ਰਿਵੋਲਵਰ ਦੇ ਨਾਲ ਚੱਲੀ। ਹਾਂਜੀ, ਬੰਦੇ ਦੋ ਹੈਗੇ ਸੀ? ਬੰਦੇ ਦੋ ਹੀ। ਤੁਸੀਂ ਪੁਲਿਸ ਕੰਪਲੇਂਟ ਕੀਤੀ ਜੀ? ਹਾਂਜੀ ਹਾਂਜੀ ਕੀਤੀ। ਕਿਹੜਾ ਥਾਣਾ ਪੈਂਦਾ ਜੀ? ਥਾਣਾ ਤਾਂ ਉਹ ਘੁੰਮਣ ਕਲਾ ਪੈਂਦਾ ਜੀ, ਘੁੰਮਣ ਕਲਾ। ਹਾਂਜੀ ਭਾਈ, ਮੇਰਾ ਨਾਮ ਗੁਰਕਮਲਜੀਤ ਸਿੰਘ ਆ, ਸਾਨੂੰ ਮਨਜੀਤ ਸਿੰਘ, ਪਿੰਡ ਚੌਲ ਨੰਬਰ ਆ। ਅਸੀਂ ਭਾਅ ਜੀ ਗਾਦੜੀਆਂ ਸਾਈਡ ਤੋਂ ਆਪਣੇ ਘਰ ਵੱਲੋਂ ਆ ਰਹੇ ਸੀ, ਘਰ ਤੋਂ 200 ਮੀਟਰ ਕਰੀਬ ਸੀ। ਅੱਗੋਂ ਇੱਕ ਟਰੈਕਟਰ ਵਾਲਾ ਆਉਣ ਡਿਆ ਸੀ, ਭਾਈ ਕੇ ਪਿੰਡ ਦਾ ਸੀਗਾ, ਦੋ ਭਰਾ ਸੀ। ਅਸੀਂ ਮੈਂ ਗੱਡੀ ਚਲਾਉਣ ਡਿਆ ਸੀ, ਅਤੇ ਆਪਾਂ ਮੈਂ ਡਿੱਪਰ ਮਾਰਿਆ ਉਹਨੂੰ, ਅਤੇ ਲਾਈਟ ਮੈਂ ਬੰਦ ਕਰਕੇ ਫੇਰ ਕੀਤੀ ਆ, ਅਤੇ ਉਹਨੇ ਰਸਤਾ ਨਹੀਂ ਦਿੱਤਾ। ਫਿਰ ਮੈਂ ਡਿੱਪਰ ਮਾਰਿਆ, ਉਹਨੇ ਟਰੈਕਟਰ ਹੋਰ ਉੱਪਰ ਨੂੰ ਕਰਕੇ ਅਤੇ ਖਿਲਾ ਦਿੱਤਾ, ਉੱਧਰੋਂ ਗੱਡੀ ਆਪਾਂ ਲਾ ਕੇ ਚੱਲ ਗਏ ਹਾਂ। ਅਤੇ ਉਹ ਗਾਲਾਂ ਕੱਢਣ ਡਿਆ ਪਿਆ ਵੀ ਤੁਸੀਂ ਸਾਡੇ ਲਾਈਟਾਂ ਮਾਰਨ ਡੇ ਮੈਨੂੰ। ਜਦੋਂ ਅਸੀਂ ਸ਼ੀਸ਼ਾ ਡਾਊਨ ਕੀਤਾ ਆ, ਅਤੇ ਉਹਨੇ ਟਰੈਕਟਰ ਬੰਦ ਕਰਕੇ ਅਸੀਂ ਕਿਹਾ ਵੀ ਤੂੰ ਚਾਹ ਚੱਲ ਜਾ, ਤੂੰ ਸ਼ਰਾਬ ਪੀਤੀ ਆ, ਅਤੇ ਉਹ ਗਾਲਾਂ ਕੱਢਣ ਡਿਆ ਪਿਆ ਆ। ਅਸੀਂ ਬਾਰੀ 'ਚ ਉੱਤਰ ਲੱਗਿਆ ਤਾਂ ਉਹਨੇ ਫਾਇਰ ਮਾਰਤਾ, ਪਹਿਲਾਂ ਮੇਰੇ ਸਾਈਡ ਗਰਾਸ 'ਤੇ ਵੱਜਾ, ਜਦੋਂ ਮੈਂ ਉਤਰਿਆ ਇੱਕ ਬੋਨਟ 'ਤੇ ਵੱਜਾ ਅਗਲੇ ਪਾਸੇ ਗੱਡੀ ਦੇ ਸ਼ੀਸ਼ੇ ਤੋਂ ਥੋੜ੍ਹਾ ਥੱਲੇ ਕਰਕੇ, ਅਤੇ ਤੀਜਾ ਫਾਇਰ ਜਦੋਂ ਮੈਂ ਪਛਾਣ ਨੂੰ ਭੱਜਿਆ, ਉਹਨੇ ਮਾਰਿਆ ਤਾਂ ਉਹ ਜਿਹੜੀ ਡਰਾਈਵਰ ਸਾਈਡ ਦੀ ਪਿਛਲੀ ਵਿੰਡੋ ਹੁੰਦੀ ਆ ਉਹਦੇ 'ਤੇ ਵੱਜਾ ਆ। ਫਿਰ ਉਹ ਦੂਸਰਾ ਮੁੰਡਾ ਨਾਲ ਜੋ ਵੀ ਉੱਤਰ ਕੇ ਭੱਜਾ, ਫਿਰ ਉਹ ਟਰੈਕਟਰ ਤੋਂ ਉੱਤਰ ਕੇ ਉਹਨੇ ਫਾਇਰ ਮਾਰਿਆ, ਉਹ ਉਹਦੇ ਪਿੱਛੇ ਪਿੰਨੀ 'ਤੇ ਵੱਜ ਕੇ ਅਤੇ ਉਹ ਲੱਤ 'ਚ ਵੱਜ ਕੇ ਅੱਗੋਂ ਨਿਕਲ ਗਿਆ ਫਾਇਰ, ਅਤੇ ਅਸੀਂ ਭੱਜ ਕੇ ਘਰ ਵੱਲ ਗਏ। ਨਾਲ ਹੀ ਸਾਡਾ ਘਰ ਸੀ, ਜਦੋਂ ਅਸੀਂ ਉੱਥੋਂ ਆਏ ਹਾਂ ਸਾਡੇ ਘਰ ਦੇ ਨਿਕਲੇ ਆ, ਅਤੇ ਉਹ ਸਾਡੀ ਗੱਡੀ ਦੀ ਚਾਬੀ ਵਿੱਚ ਸੀ, ਅਤੇ ਇੱਕ ਮੇਰਾ ਮੋਬਾਈਲ ਵਿੱਚ ਫੋਨ ਚਾਰਜ 'ਤੇ ਲੱਗਾ ਸੀ, ਉਹ ਫੋਨ ਅਤੇ ਗੱਡੀ ਦੀ ਚਾਬੀ ਜਿਹੜੀ ਲੈ ਕੇ ਭੱਜ ਗਏ। ਭਾਅ ਜੀ ਕੋਈ ਪੁਰਾਣੀ ਰੰਜਿਸ਼ ਹੋਏਗੀ ਇਹਨਾਂ ਨੂੰ? ਨਹੀਂ ਭਾਅ ਜੀ, ਅਸੀਂ ਤਾਂ ਪਲੇ ਨਾ, ਸਾਡੀ ਤਾਂ ਕੀ ਰੰਜਿਸ਼ ਹੋਣੀ, ਅਸੀਂ ਤਾਂ ਰੋਜ਼ ਰਾਤ ਨੂੰ 12-12 ਵਜੇ 1 ਵਜੇ ਘਰ ਆਈਦਾ ਮੈਚ ਖੇਡ ਕੇ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਅਤੇ ਪੁਰਾਣੀ ਭਾਅ ਜੀ ਕੀ ਉਹ ਸ਼ਰਾਬ ਪੀਤੀ, ਉਹਨਾਂ ਦੋਵੇਂ ਰੱਜੇ ਸੀਗੇ। ਕੌਣ ਸੀ ਭਾਅ ਜੀ? ਇਹ ਭਾਅ ਜੀ ਭਾਈ ਕੇ ਪਿੰਡ ਤੋਂ ਸੀਗੇ, ਇੱਕ ਬਲਜੀਤ ਸਿੰਘ ਆ ਮੁੰਡਾ, ਸੈਕਟਰੀ ਆ, ਦੂਸਰਾ ਉਹਦਾ ਨਾਂ ਦਾ ਨਹੀਂ ਤਾਂ ਪਤਾ, ਉਹ ਫੌਜ 'ਚੋਂ ਰਿਟਾਇਰ ਆਇਆ। ਠੀਕ ਹੈ, ਹਾਂਜੀ ਸਰ, ਦੱਸ ਦਿਓ ਕੀ ਕਰਨਾ। ਮਿਤੀ 22/11/19 ਰਾਤ ਕਰੀਬ 9 ਵਜੇ ਸੁਖਰਾਜ ਸਿੰਘ, ਗੁਰਕਮਲ ਸਿੰਘ, ਜੋ ਕਿ ਦੋਨੋਂ ਕਬੱਡੀ ਦੇ ਖਿਡਾਰੀ ਨੇ, ਇਹ ਆਪਣੀ ਸਕਾਰਪੀਓ ਦੇ ਉੱਤੇ ਪਿੰਡ ਨੰਗਲਜੋਲ ਵੱਲ ਆ ਰਹੇ ਸੀ, ਔਰ ਰਾਤ ਦੇ ਸਮੇਂ ਅਗਲੇ ਪਾਸੇ ਇੱਕ ਟਰੈਕਟਰ, ਜਿਸ ਨੂੰ ਦਲਵੀਰ ਸਿੰਘ ਅਤੇ ਬਲਜੀਤ ਸਿੰਘ ਦੋਨੇ ਭਰਾ ਨੇ, ਜੋ ਭਾਈਕਾ ਪਿੰਡ ਦੇ ਰਹਿਣ ਵਾਲੇ ਆ, ਦੋਨੇ ਚਲਾ ਰਹੇ ਸੀ। ਇਹਨਾਂ ਦੀ ਲਿੰਕ ਰੋਡ ਤੋਂ ਕ੍ਰੋਸ ਕਰਨ 'ਤੇ ਆਪਸ ਦੇ ਵਿੱਚ ਬਹਿਸ ਹੋਈ,
ਬਹਿਸ ਹੋਣ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹੀਟ ਆਫ ਡਾਇਲੋਗਸ ਇਹਨਾਂ ਦੇ ਝਗੜਾ ਹੋਇਆ। ਝਗੜੇ ਦੌਰਾਨ ਦਲਵੀਰ ਸਿੰਘ ਜਿਹੜਾ ਉਹਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਇਹਨਾਂ ਦੇ ਉੱਤੇ ਗੋਲੀ ਚਲਾਈ। 3 ਗੋਲੀਆਂ ਸਕਾਰਪੀਓ 'ਤੇ ਲੱਗੀਆਂ, 1 ਸੁਖਰਾਜ ਸਿੰਘ ਜਿਹੜਾ ਸਕਾਰਪੀਓ ਚਲਾ ਰਿਹਾ ਸੀ ਉਹਦੀ ਲੱਤ 'ਤੇ ਲੱਗੀ। ਉਸ ਤੋਂ ਬਾਅਦ ਇਹ ਦੋਨੋਂ ਜਿਹੜੇ ਦੋਸ਼ੀ ਸੀ ਦਲਵੀਰ ਸਿੰਘ ਅਤੇ ਬਲਜੀਤ ਸਿੰਘ ਦੋਨੋਂ ਮੌਕੇ ਤੋਂ ਫਰਾਰ ਹੋ ਗਏ। ਅਸੀਂ ਮੌਕੇ 'ਤੇ ਜਾ ਕੇ ਜੋ ਬੰਦੀ ਕਾਰਵਾਈ ਅਮਲ 'ਚ ਲਿਆਂਦੀ ਹੈ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਜੇਲ੍ਹ ਧਾਰਾ 307 379 427 34 IPC 2527 5469 ਥਾਣਾ ਘੁੰਮਣ ਕਲਾਂ ਵਿੱਚ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ 'ਚ ਲਿਆ ਰਹੇ ਹਾਂ। ਕਿੰਨੇ ਫਾਇਰ ਕੀਤੇ ਸਰ? ਇਹਨਾਂ ਨੇ ਕੁੱਲ 5-6 ਫਾਇਰ ਕੀਤੇ ਨੇ, ਜਿਨ੍ਹਾਂ 'ਚੋਂ 3 ਜਿਹੜੇ ਆ ਉਹ ਸਕਾਰਪੀਓ 'ਤੇ ਲੱਗੇ ਆ, 1 ਦਲਵੀਰ ਸਿੰਘ ਦੀ ਲੱਤ 'ਤੇ ਲੱਗਾ, ਸੁਖਰਾਜ ਸਿੰਘ ਦੀ ਲੱਤ 'ਤੇ ਲੱਗਾ ਜਿਹੜਾ ਕਿ ਜ਼ੇਰੇ ਇਲਾਜ ਹੈ ਸਿਵਲ ਹੋਸਪਿਟਲ ਬਟਾਲੇ। ਦੋਨਾਂ ਦੀ ਗੋਲੀ ਲੱਗੀ, ਕੋਈ ਲੱਗੀ ਗੋਲੀ ਸਰ? 1 'ਤੇ ਲੱਗੀ ਹੈ ਸੁਖਰਾਜ। ਦੋਨੇ ਕਹਿੰਦੇ ਅੰਤਰਰਾਸ਼ਟਰੀ ਖਿਲਾੜੀ ਨੇ? ਹਾਂਜੀ, ਇਹ ਪਤਾ ਲੱਗਿਆ ਕਿ ਦੋਨੋਂ ਹੀ ਜਿਹੜੇ ਕਬੱਡੀ ਦੇ ਬਹੁਤ ਵਧੀਆ ਖਿਲਾੜੀ ਨੇ, ਜਿਹੜੇ ਨੈਸ਼ਨਲ ਇੰਟਰਨੈਸ਼ਨਲ ਖੇਡ ਦੇ। ਦੋਸ਼ੀਆਂ ਬਾਰੇ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਵੀ ਜਿਹੜੇ ਸਿਵਲ ਹਸਪਤਾਲ ਗੁਰਦਾਸਪੁਰ ਜਿਹੜੇ ਐਡਮਿਟ ਨੇ ਉੱਥੇ ਮੈਂ ਪੁਲਿਸ ਪਾਰਟੀ ਭੇਜ ਦਿੱਤੀ ਹੈ, ਜੋ ਉਹਨਾਂ ਦੀ ਸਟੇਟਮੈਂਟ ਲੈ ਕੇ ਅਤੇ ਜਿਹੜੀ ਜੋ ਵੀ ਕਾਰਵਾਈ ਮੌਕੇ 'ਤੇ ਹੋਏਗੀ ਬੰਦੀ ਉਹ ਅਸੀਂ ਅਮਲ 'ਚ ਲਿਆਵਾਂਗੇ। ਇਨਵੈਸਟੀਗੇਸ਼ਨ ਚਲਾ ਰਹੇ ਹਾਂ।